ਸਿੱਖਾਂ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਹਾਂ ਕਿ ਆਪਰੇ ਕੋ ਠੀਕ ਹੋਮ ਹੋਗੇ ਤਾਂ ਉਸਤਾ ਤਾਂ ਰਾਜੀ ਅੱਜ ਤੁਹਾਡੇ ਵਾਸਤੇ ਮੈਂ ਇੱਕ ਵੀਡੀਓ ਲੈ ਕੇ ਆਇਆ ਕਿ ਬਹੁਤ ਸਾਰੇ ਬੱਚੇ ਨੇ ਰਾਜੀ ਅੱਜ ਮੈਂ ਦੰਚ ਘਟੋ ਘਟ ਐ ਸਮਝ ਲਓ ਕਿ 15 ਤੋਂ 20 ਕਾਲਸ ਆ ਗਈਆਂ ਬੱਚਿਆਂ ਦੀਆਂ ਜਿਹੜੇ ਬੱਚਿਆਂ ਦਾ ਸਾਰਿਆਂ ਦਾ ਸੇਮ ਟੂ ਸੇਮ ਇੱਕ ਸਵਾਲ ਹੀ ਹੈ ਬਹੁਤ ਬੱਚੇ ਕਹਿ ਰਹੇ ਹੈ ਜੀ ਫਲਾਨੇ ਇੱਕ ਚੈਨਲ ਹੈ ਜੀ ਉਹਨਾਂ ਨੇ ਵੀਡੀਓ ਪਾਈ ਹੈ ਕਿ ਪੇਪਰ ਪੋਸਟਪਾਉਂਡ ਹੋਣਗੇ ਫਿਰ ਬੱਚਿਆਂ ਦਾ ਥੋੜੇ ਟਾਈਮ ਬਾਅਦ ਕੋੜਾ ਜਾਂ ਨਹੀਂ ਫਲਾਨੇ ਇੱਕ ਟੀਚਰ ਨੇ ਵੀਡੀਓ ਪਾਤੀ ਜੀ ਪੇਪਰ ਉਸੇ ਡੇਟ ਨੂੰ ਹੋਣਗੇ ਕੀ ਕੀ ਚੱਕਰ ਹੈਗਾ ਕਿਹੜੀ ਆਪਾਂ ਨੂੰ ਡੇਟ ਸ਼ੀਟ ਦਿੱਤੀ ਹੋਈ ਹੈ ਪੰਜਾਬ ਦੇ ਪੇਪਰਾਂ ਦੀ ਕੀ ਇਹ ਪੇਪਰ ਪੋਸਟਪੌਂਡ ਹੋਣਗੇ ਕਿ ਨਹੀਂ ਹੋਣਗੇ ਪਹਿਲਾਂ ਤਾਂ ਉਹ ਗੱਲ ਕਰਦੇ ਆ ਰਾਜੇ ਫਿਰ ਜਿਹੜੇ ਬੱਚੇ ਨੇ ਪੰਜਾਬ ਦੀ ਤਿਆਰੀ ਕਰਨੀ ਹੈ ਰਾਜੇ ਪੇਪਰ ਨੇ ਜ਼ੀਰੋ ਲੈਵਲ ਤੋਂ ਬਿਲਕੁਲ ਪਹਿਲੇ ਨੰਬਰ ਤੋਂ ਉਹਨਾਂ ਬਾਰੇ ਰਾਜੇ ਉਹ ਵੀਡੀਓ ਵਿੱਚ ਬੱਚੇ ਜਿਹੜੇ ਉਹ ਐਂਡ ਤੱਕ ਬਣੇ ਰਹਿਣ ਦੇਖੋ ਜੀ ਹੋਰ ਬਹੁਤ سارے ਬੱਚੇ ਦਾ ਸਵਾਲ ਹੈਗਾ ਜੀ ਪੰਜਾਬ ਦੇ ਜਿਹੜੇ ਐਗਜ਼ਾਮ ਆ ਉਹ ਪੋਸਟਪੌਂਡ ਹੋਣਗੇ ਕਿ ਨਹੀਂ ਹੋਣਗੇ ਕਿਉਂਕਿ ਚੈਨਲ ਤੇ ਰਾਜੇ ਅਲੱਗ-ਅਲੱਗ ਜੇਕਰ ਤੁਸੀਂ ਕਿਸੇ ਵੀ ਨੂੰ ਪਰਮਿਸ਼ਨ ਦੇਖਦੇ ਹੋ ਤਾ ਉਹਤੇ ਕਿਸੇ ਚੀਜ਼ ਤੇ ਕੋਈ ਅਪਡੇਟ ਹੁੰਦੀ ਹੈ ਕਿਸੇ ਚੀਜ਼ ਤੇ ਕੋਈ ਅਪਡੇਟ ਹੁੰਦੀ ਹੈ ਮੈਨੂੰ ਜਿਹੜੇ ਬੱਚੇ ਦਾ ਆਪਰੇਸ਼ਨ ਆਉਂਦਾ ਹੈ ਕਹਿੰਦੇ ਸਰਜੀ ਸਾਨੂੰ ਤੁਹਾਡੇ ਜਨਰਲ ਤੇ ਯਕੀਨ ਆਗਾ ਕਿ ਤੁਸੀਂ ਜਿਹੜੀ ਚੀਜ਼ ਵੀ ਪਾਉਂਦੇ ਹੋ ਬਿਲਕੁਲ ਐਕੂਰੇਟ ਹੁੰਦੀ ਹੈ ਸਾਨੂੰ ਯਕੀਨ ਹੈ ਕਿ ਜਿੰਨਾ ਚਿਰ ਤੁਸੀਂ ਦੀ ਵੀਡੀਓ ਪਾਉਂਦੇ ਹੋ ਨਾ ਚਿਰ ਸਾਨੂੰ ਯਕੀਨ ਨਹੀਂ ਹੁੰਦਾ ਤਾਂ ਕਰਕੇ ਰਾਜੀ ਮੈਂ ਤੁਹਾਡੇ ਵਾਸਤੇ ਇਹ ਵੀਡੀਓ ਲੈ ਕੇ ਆਇਆਗਾ ਠੀਕ ਹੈ ਜੀ ਉਸ ਤੋਂ ਬਲਸ ਨੂੰ ਮੈਂ ਡੇਟ ਸੀ ਦਿਖਾ ਦਿੰਦਾ ਦੇਖੋ ਰਾਜੀ ਇਹ ਡੇਟ ਸੀ ਨਾ ਆਲਰੇਡੀ ਮੇ ਪੇਪਰ ਦੇ ਵਿੱਚ ਤੁਹਾਡੇ ਜਿਹੜੇ ਆਪਣਾ ਟੈਲੀਗ੍ਰam ਗਰੁੱਪ ਬਣਿਆ ਹੋਇਆ ਨਾ ਮੇਰੇ ਟੈਲੀਗ੍ਰam ਗਰੁੱਪ ਦਾ ਲਿੰਕ ਆਪਣੇ ਜਿਹੜਾ ਕਮੈਂਟ ਬਾਕਸ ਹੈ ਨਾ ਉਹਦੇ ਵਿੱਚ ਤੁਹਾਨੂੰ ਮੈਂਸ਼ਨ ਕਰ ਦੂੰਗਾ ਸਾਰੇ ਬੱਚੇ ਨੇ ਟੈਲੀਗ੍ਰam ਗਰੁੱਪ ਆ ਜਿਹੜਾ ਆਪਣਾ ਜੁਆਇਨ ਕਰ ਲੈਣਾ ਕੋਈ ਵੀ ਭਰਤੀ ਆਉਂਦੀ ਹੈ ਕੋਈ ਵੀ ਭਰਤੀ ਦਾ ਐਗਜ਼ਾਮ ਪੋਸਟਪੌਂਡ ਹੁੰਦਾਗਾ ਕੋਈ ਵੀ ਜੈਨੂਨ ਭਰਤੀ ਹੁੰਦੀ ਹੈ ਉਹਦੇ ਬਾਰੇ ਤੁਹਾਨੂੰ ਸਾਰਾ ਕੁਝ ਉਹ ਟੈਲੀਗ੍ਰam ਗਰੁੱਪ ਦੇ ਵਿੱਚ ਸੂਚਿਤ ਕਰ ਦਿੱਤਾ ਜਾਂਦਾਗਾ ਠੀਕ ਹੈ ਜੀ ਇੱਕ ਵਾਰੀ ਤੁਸੀਂ ਇਹ ਦੇਖ ਲਿਓ ਹੁਣ ਇਹਨਾਂ ਦੇ ਵਿੱਚੋਂ ਘੱਟੋ ਘੱਟ ਥੋੜੇ ਜਿਹੇ ਪੇਪਰ ਇਹੋ ਜਿਹੇ ਜਿਹੜੇ ਪੋਸਟਪੌਂਡ ਹੋ ਚੁੱਕੇ ਹੈਗੇ ਠੀਕ ਹੈ ਜੀ ਕੁਝ ਪੇਪਰ ਇਹ ਜਿਹੇ ਜਿਹੜੇ ਪੋਸਟਪੌਨ ਨਹੀਂ ਹੋਣੇ ਹੁਣ ਮੇਰੇ ਕੋਲੇ ਜ਼ਿਆਦਾਤਰ ਬੱਚਿਆਂ ਦਾ ਪ੍ਰੈਸ਼ਨ ਜਿਹੜਾ ਆ ਰਿਹਾ ਹੈਗਾ ਉਹ ਆ ਰਿਹਾ ਹੈ ਜੀ ਤੁਹਾਨੂੰ ਦੱਸਦਾ ਇੱਕ ਮਿੰਟ ਆਹ ਟੈਲੀਗ੍ਰਾਮ ਗਰੁੱਪ ਤੋਂ ਜਾਂ ਤੁਸੀਂ ਵੀਡੀਓ ਲੌਗ ਕਰਕੇ ਦੇਖ ਲਓ ਜਾਂ ਤੁਹਾਨੂੰ ਮੈਂ ਟੈਲੀਗ੍ਰਾਮ ਗਰੁੱਪ ਦੇ ਵਿੱਚ ਇਹ ਟੈਲੀ ਇਹ ਸੈਂਡ ਕਰ ਦੂੰਗਾ ਠੀਕ ਹੈ ਜੀ ਮੇਰੇ ਕੋਲੇ ਬੱਚਿਆਂ ਦਾ ਪ੍ਰੈਸ਼ਨ ਆ ਰਿਹਾ ਹੈ 05 2024 ਆਲਾ ਕਿੱਧਰ ਗਿਆ ਉਹ ਇੱਥੇ ਪਿਆ ਹੋਊਗਾ ਹਾਂ ਆ ਬੱਚਿਆਂ ਦਾ ਪ੍ਰੈਸ਼ਨ ਆ ਰਿਹਾ ਹੈ ਮੇਰੇ ਕੋਲੇ ਯਾਦ ਕਰ ਕੀ ਜੀ ਜਿਹੜਾ ਇਹ ਪੇਪਰ ਹੈ 30 ਤਰੀਕ ਨੂੰ ਹੋਣਾਗਾ ਠੀਕ ਹੈ ਜੀ 11ਵੇਂ ਮਹੀਨੇ ਨੂੰ ਕੀ ਪੇਪਰ ਪੋਸਟਪੌਂਡ ਹੋਊਗਾ ਹੋਰ ਵੀ ਕਈ ਪੇਪਰ ਹੈ ਜਿਵੇਂ ਆਹ ਲਾੜੋ ਰਾਜੇ ਆਹ ਲਾੜੋ ਕਾਫੀ ਬੱਚਿਆਂ ਨੇ ਮੈਨੂੰ ਪੇਪਰ ਪ੍ਰੈਸ਼ਨ ਆ ਰਹੇ ਹੈ ਤਾਂ ਰਾਜੇ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹਣਾ ਦੇਖੋ ਮੈਂ ਆਪਦੇ ਪੁਆਇੰਟ ਆਫ View ਤੋਂ ਆਪਦੇ ਤਜਰਬੇ ਦੇ ਹਿਸਾਬ ਨਾਲ ਤੁਹਾਨੂੰ ਦੱਸ ਰਿਹਾ ਜਦੋਂ ਵੀ ਕੋਈ ਪੇਪਰ ਪੋਸਟਪੌਂਡ ਹੁੰਦਾ ਨਾ ਤਾਂ ਉਹ ਮੈਨੂੰ ਇੱਕ ਗੱਲ ਦਾ ਡਿਪਾਰਟਮੈਂਟ ਨੂੰ ਵੀ ਨਹੀਂ ਪਤਾ ਹੁੰਦਾ ਕਿ ਅਸੀਂ ਇਹ ਪੇਪਰ ਸਾਡਾ ਪੋਸਟਪੌਂਡ ਹੋਊਗਾ ਕਾਰਨ ਦੱਸਦਾ ਹੈ ਕਿਉਂਕਿ ਜਿਹੜਾ ਵੀ ਕੋਈ ਮੰਨ ਲਓ ਤੁਸੀਂ ਟ੍ਰਿਪਲ ਐਸ ਬੋਰਡ ਆ ਰਾਜੀ ਉਹ ਆਪੇ ਪੇਪਰ ਨਹੀਂ ਲੈਂਦਾ ਹੁੰਦਾ ਠੀਕ ਹੈ ਜੀ ਟ੍ਰਿਪਲ ਐਸ ਬੋਰਡ ਆਪੇ ਪੇਪਰ ਨਹੀਂ ਲੈਂਦਾ ਜਿਹੜਾ ਟ੍ਰਿਪਲ ਐਸ ਬੋਰਡ ਆ ਰਾਇਓ ਆਪੇ ਪੇਪਰ ਨਹੀਂ ਲੈਂਦਾ ਉਹ ਕਿਸੇ ਨਾ ਕਿਸੇ ਕੰਪਨੀ ਨੂੰ ਠੇਕਾ ਦੇ ਦਿੰਦਾ ਹੁੰਦਾ ਜਿਵੇਂ ਨੈਲਟ ਕੰਪਨੀ ਹੋ ਗਈ ਮੇਰੀ ਆਪਣੀ ਚੰਡੀਗੜ੍ਹ ਦੀ ਜਾਂ ਹੋਰ ਇੱਕ ਤੋਂ ਪ੍ਰਾਈਵੇਟ ਕੰਪਨੀਆਂ ਹੁੰਦੀਆਂ ਗਈਆਂ ਜਿਨ੍ਹਾਂ ਨੂੰ ਮਤਲਬ ਇਹ ਠੇਕਾ ਦੇ ਦਿੱਤਾ ਜਾਂਦਾ ਕਿ ਤੁਸੀਂ ਆ ਪੇਪਰ ਲੈਣਾਗਾ ਠੀਕ ਹੈ ਜੀ ਉਹਨੂੰ ਠੇਕਾ ਦੇ ਦਿੱਤਾ ਜਾਂਦਾਗਾ ਪੇਪਰ ਦਾ ਕੀ ਭਾਈ ਤੁਸੀਂ ਪੇਪਰ ਦਾ ਜਿਹੜਾ ਇਹ ਪੇਪਰ ਲੈਣਾਗਾ ਤੁਸੀਂ ਲੈ ਸਕਦੇ ਹੋ ਠੀਕ ਹੈ ਜੀ ਅਗਲਾ ਕੀ ਕਹਦਾ ਉਹ ਕੰਪਨੀ ਜਿਹੜੀ ਪੇਪਰ ਟਿਕਾ ਲੈ ਲੈਂਦੀ ਹੈ ਉਹ ਕੰਪਨੀ ਪੇਪਰ ਲੈਂਦੀ ਹੈ ਕਈ ਵਾਰੀ ਕੁਦਰਤੀ ਕੋਈ ਕਾਰਨ ਹੋ ਜਾਂਦਾ ਕਿ ਕੰਪਨੀ ਦਾ ਲਾਲੋ ਜਾਂ ਡਿਪਾਰਟਮੈਂਟ ਦਾ ਲਾਲੋ ਆਪਸ ਦੇ ਵਿੱਚ ਕਿਸੇ ਚੀਜ਼ ਨੂੰ ਲੈ ਕੇ ਸਹਿਚਾਰ ਸਹੀ ਨਹੀਂ ਬੈਠਦਾ ਤਾਂ ਉਹ ਪੇਪਰ ਕਹਿੰਦੇ ਨੇ ਕਿ ਜੀ ਪੇਪਰ ਸਾਡਾ ਪੋਸਟਪੋਨ ਕਰ ਦਿੱਤਾ ਜਾਵੇ ਠੀਕ ਹੈ ਜੀ ਪੋਸਟਪੋਨ ਹੋਣਾ ਰਜੇ ਕੋਈ ਬਾਹਲੀ ਵੱਡੀ ਗੱਲ ਨਹੀਂ ਹੈਗੀ ਕਿ ਜੇ ਤੁਸੀਂ ਇਹਨੂੰ ਬੜਾ ਵੱਡਾ ਮੁੱਦਾ ਬਣਾ ਲਓ ਕਿ ਜੀ ਪੇਪਰ ਪੋਸਟਪੋਨ ਹੋ ਗਿਆ ਇਹਦਾ ਮਤਲਬ ਇਹ ਹੁੰਦਾ ਕਿ ਤੁਹਾਨੂੰ ਘਟੋ ਘਟ ਮਹੀਨੇ ਦਾ ਟਾਈਮ ਹੋਰ ਮਿਲ ਜਾਂਦਾ ਹੁੰਦਾ ਲਗਭਗ ਠੀਕ ਹੈ ਜੀ ਮੈਨੂੰ ਇਮਾਨਦਾ 100 ਦੇ ਵਿੱਚੋਂ 5 ਬੱਚੇ ਹਜੇ ਹੋਣਗੇ ਜਿਹੜੇ ਪੋਸਟਪੌਨ ਦਾ ਨਾਮ ਸੁਣ ਕੇ ਦੁਖੀ ਹੁੰਦੇ ਆ 95% ਬੱਚੇ ਖੁਸ਼ ਹੁੰਦੇ ਆ ਕਿ ਜੀ ਪੋਸਟਪਮੈਂਟ ਹੋ ਗਿਆ ਸੀ ਹੋਰ ਵਧੀਆ ਤਿਆਰੀ ਕਰ ਲਾਂਗੇ ਠੀਕ ਹੈ ਜੀ ਇਹ ਹਰੇਕ ਬੱਚੇ ਨੂੰ ਹੁੰਦਾ ਕਿ ਸਾਡੀ ਸੀ ਬਰੀਆ ਤੋਂ ਬਰੀਆ ਤਿਆਰੀ ਕਰੇਗੀ ਠੀਕ ਹੈ ਜੀ ਚਾਹੇ ਉਹਨਾਂ ਨੂੰ ਭਾਵੇਂ ਸਾਲ ਦੇ ਦਿਓ ਤੁਸੀਂ ਤਾਂ ਵੀ ਬੱਚੇ ਦੇ ਮਨ ਦੇ ਵਿੱਚ ਇਹ ਗੱਲ ਹੁੰਦੀ ਹੈ ਤਾਂ ਇਹ ਗੱਲ ਬਾਰੇ ਡਿਪਾਰਟਮੈਂਟ ਨੂੰ ਨਹੀਂ ਪਤਾ ਹੁੰਦਾ ਕਿ ਕਿਹੜਾ ਪੇਪਰ ਪੋਸਟਪੌਨ ਹੋਊਗਾ ਕਿ ਕਿਹੜਾ ਪੇਪਰ ਪੋਸਟਪੌਨ ਨਹੀਂ ਹੁੰਦਾ ਤਾਂ ਤੁਸੀਂ ਰਾਜੇ ਜਿਹੜੀ ਆ ਡੇਟ ਸ਼ੀਟ ਹੈ ਇਰੇ ਅਨੁਸਾਰ ਜਿਹੜੀ ਡੇਟਾ ਨੂੰ ਦਿੱਤੀ ਹੋਈ ਹੈ ਦੇ ਵਿੱਚ ਜਿਵੇਂ ਹੁਣ ਰਾਜੀ ਮੇਰੇ ਕੋਲ ਬਹੁਤ ਬੱਚੇ ਤੇ ਪ੍ਰੈਸ਼ਰ ਹੋ ਰਿਹਾ ਆ ਭਰਤੀ ਨੂੰ ਲੈ ਕੇ ਠੀਕ ਹੈ ਜੀ ਕੀ ਸਾਡਾ ਪੇਪਰ 30 11 2024 ਨੂੰ ਹੋਣਾ ਕੀ ਜਿਹੜੀ ਕੀ ਸਰ ਇਸੇ ਤਰੀਕ ਨੂੰ ਪੇਪਰ ਹੋਊਗਾ ਤਾਂ ਰਾਜੀ ਮੈਂ ਤੁਹਾਨੂੰ ਬਾਰ ਬਾਰ ਕਹਿਣਾ ਚਾਹਣਾਗਾ 100 ਦੇ ਵਿੱਚੋਂ ਤੁਸੀਂ 101% ਇਹੀ ਡੇਟਾ ਮੰਨ ਕੇ ਚੱਲੋਗੇ ਤੁਹਾਡਾ ਪੇਪਰ ਇਸੇ ਤਰੀਕ ਨੂੰ ਹੀ ਹੋਣਾਗਾ ਠੀਕ ਹੈ ਇਸੇ ਤਰੀਕ ਨੂੰ ਹੀ ਮੰਨ ਕੇ ਚਲੋ ਮੰਨ ਲਓ ਜੇ ਪੇਪਰ ਪੋਸਟਪੌਨ ਹੁੰਦਾ ਵੀ ਆ ਠੀਕ ਹੈ ਉਹ ਤੁਸੀਂ ਐ ਸਮਝੋ ਕਿ ਤੁਹਾਨੂੰ ਬੋਨਸ ਮਿਲ ਗਿਆ ਇੱਕ ਤਰ੍ਹਾਂ ਦਾ ਤਾਨੂੰ ਬੋਨਸ ਮਿਲ ਗਿਆ ਇੱਕ ਤਰ੍ਹਾਂ ਤਾਨੂੰ ਕੋਈ ਫਾਇਦਾ ਮਿਲ ਗਿਆ ਜਾਂ ਤਾਨੂੰ ਕੋਈ ਇਨਾਮ ਮਿਲ ਗਿਆ ਇਹ ਜੀ ਸਮਝ ਲਿਓ ਠੀਕ ਹੈ ਤਾਂ ਕੋਈ ਵੀ ਬਾਰੀ-ਬਾਰੀ ਵਿੱਚ ਇਹੀ ਗੱਲ ਕਹਿੰਦੇ ਚੁਣਦਾ ਰਹੇ ਜੇ ਕੋਈ ਵੀ ਪਤਾ ਤੁਹਾਡਾ ਹੈਗਾ ਜਿਹੜੀ ਇਹਦੇ ਤੇ ਡੇਟ ਦਿੱਤੀ ਹੋਈ ਹੈ ਉਸੇ ਡੇਟ ਨੂੰ ਹੀ ਤੁਸੀਂ ਮੰਨ ਕੇ ਚੱਲਣਾ ਕਿ ਸਾਡੇ ਪੇਪਰ ਦੀ ਐਗਜ਼ਾਮ ਡੇਟ ਇਹੀ ਹੈਗੀ ਹੁਣ ਬੱਚੇ ਬਹੁਤ ਪੁੱਛਦੇ 30 ਤਰੀਕ ਨੂੰ ਪੇਪਰ ਹੋਊਗਾ ਜੀ ਉਹਦਾ ਕਾਰਨ ਇਹ ਹੈ ਕਿ ਉਹਨਾਂ ਬੱਚਿਆਂ ਦੀ ਤਿਆਰੀ ਨਹੀਂ ਹੈਗੀ ਮੰਨਦੇ ਆ ਉਹ ਬੱਚੇ ਨੂੰ ਨਹੀਂ ਆਪਣੇ ਹੀ ਮੰਨਦੇ ਕਿ ਉਹ ਬੱਚੇ ਇਹ ਮੰਨ ਰਹੇ ਹੈਗੇ ਉਹ ਬੱਚੇ ਨਲਾਇਕ ਹੈ ਨਲਾਇਕ ਦੀ ਗੱਲ ਨਹੀਂ ਹੈਗੀ ਕਈ ਵਾਰੀ ਕੋਈ ਇਹ ਤਾਂ ਟਾਈਮ ਹੋ ਜਾਂਦਾ ਬੱਚਿਆਂ ਨੂੰ ਨਹੀਂ ਪੜ੍ਹਨ ਦਾ ਟਾਈਮ ਮਿਲਦਾ ਠੀਕ ਹੈ ਪਰ ਹੌਲੀ ਹੌਲੀ ਬੱਚੇ ਆਪੀ ਐਡਜਸਟਮੈਂਟ ਕਰ ਲੈਂਦੇ ਕਿਵੇਂ ਨਾ ਕਿਵੇਂ ਕਰਕੇ ਠੀਕ ਹੈ ਜਿਆਦਾ ਟਾਈਮ ਦੀ ਲੋਡ ਹੁੰਦੀ ਹੈ ਕਾਫੀ ਬੱਚਿਆਂ ਨੂੰ ਤਾਂ ਰਾਜੀ ਦੇਖੋ ਤੁਸੀਂ ਸਾਰੇ ਕੋਈ ਵੀ ਬੱਚਾ ਪੇਪਰ ਦਿੰਦਾ ਜਿਹੜੀਆਂ ਵੀ ਤੁਹਾਨੂੰ ਆ ਡੇਟ ਸ਼ੀਟ ਸੈਂਡ ਕੀਤੀਆਂ ਨੇ ਦੁਬਾਰੇ ਮੈਂ ਫੇਸ ਸੈਂਡ ਕਰਤਾ ਨੇ ਆਪਣੇ ਟੈਲੀਗ੍ਰਾਮ ਗਰੁੱਪ ਦੇ ਵਿੱਚ ਉੱਥੋਂ ਤੁਸੀਂ ਇਹ ਡੇਟ ਸ਼ੀਟ ਡਾਊਨਲੋਡ ਕਰ ਲ ਲਈਆਂ ਠੀਕ ਹੈ ਜਿਹੜਾ ਤੁਹਾਡਾ ਪੇਪਰ ਪੋਸਟਪੋਨ ਹੋ ਗਏ ਉਹ ਤਾਂ ਹੋ ਗਏ ਜਿਹੜੇ ਪੋਸਟਪੋਨ ਨਹੀਂ ਹੋਏ ਉਹਨਾਂ ਨੂੰ ਤੁਸੀਂ ਸੇਮ ਟੂ ਸੇਮ ਡੇਟ ਮੰਨ ਕੇ ਚੱਲ ਕਿਪਾ ਇਹ ਤੁਹਾਡਾ ਜਿਵੇਂ ਹੁਣ 05 ਵਾਲੇ ਬੱਚਿਆਂ ਕੀ ਤੁਹਾਡਾ ਪੇਪਰ ਵਿੱਚ 30 ਗਿਆਨ ਨੂੰ ਹੋਣਾ ਹੀ ਹੈ 100% ਮੰਨ ਕੇ ਚੱਲੋ ਜੇ ਪੋਸਟਪੌਨ ਹੁੰਦਾ ਤਾਂ ਉਹਨੂੰ ਇੱਕ ਵੀਕ ਜਾਂ 5 ਦਿਨ ਪਹਿਲਾਂ ਦੱਸ ਦਿੱਤਾ ਜਾਊਗਾ ਕਿ ਤੁਹਾਡਾ ਪੇਪਰ ਪੋਸਟਪੌਨ ਹੁੰਦਾਗਾ ਠੀਕ ਆ ਬਹੁਤ ਚੈਨਲ ਵਾਲੇ ਕਹੀ ਜਾਂਦਾ ਇਹ ਪੋਸਟਪੌਨ ਕੋਈ ਕਿਸੇ ਨੂੰ 2 ਹਫ਼ਤੇ ਪੇਪਰ ਅੱਗੇ ਜਾਊਗਾ ਕੋਈ ਕਿਸੇ ਨੂੰ ਉਸੇ ਡੇਟ ਨੂੰ ਹੋਊਗਾ ਇਹ ਤਾਂ ਜੀ ਸਾਰੇ ਵੀਊ ਲੈਣ ਦੇ ਚੱਕਰ ਹੁੰਦੇ ਕੋਈ ਐਡੀ ਖਾਸ ਗੱਲ ਨਹੀਂ ਹੁੰਦੀ ਇਹਦੇ ਵਿੱਚ ਤਾਂ ਜੇ ਤੁਸੀਂ ਆ ਆਪ ਦੇ ਆਪ ਸਪਸ਼ਟ ਗੱਲ ਸੁਣਨੀ ਹੈ ਤਾਂ ਸਪਸ਼ਟ ਗੱਲ ਇਹੀ ਹੈ ਕਿ ਜਿਹੜੀ ਡੇਟ ਤੁਹਾਨੂੰ ਡਿਪਾਰਟਮੈਂਟ ਨੇ ਦੇਤੀ ਉਸੇ ਡੇਟ ਨੂੰ ਬਿਲਕੁਲ ਤੁਸੀਂ ਸਹੀ ਮੰਨ ਕੇ ਚੱਲਣਾਗਾ ਕਿ ਇਸੇ ਤਰੀਕ ਨੂੰ ਸਾਡਾ ਪੇਪਰ ਆਗਾ ਜੇਕਰ ਡੇਟ ਪੋਸਟਪੌਨ ਹੁੰਦੀ ਹੈ ਤਾਂ ਉਹ ਤੁਹਾਡੇ ਵਾਸਤੇ ਇੱਕ ਬੋਨਸ ਸਬਤ ਹੋਊਗਾ ਕਿ ਤੁਸੀਂ ਹੋਰ ਵੀ ਵਧੀਆ ਤਿਆਰੀ ਕਰ ਸਕਦੇ ਹੋ ਠੀਕ ਹੈ ਫਿਲਹਾਲ ਇਸੇ ਡੇਟ ਨੂੰ ਹੀ ਤੁਸੀਂ ਆਪਣਾ ਐਗਜ਼ਾਮ ਡੇਟ ਮੰਨ ਕੇ ਚੱਲਣਾਗਾ ਬਾਕੀ ਜੇ ਕੋਈ ਪੇਪਰ ਪੋਸਟਪੌਨ ਹੋਊਗਾ ਉਹਦੀ ਸੂਚਨਾ ਮੈਂ ਤੁਹਾਨੂੰ ਨਾਲ ਦੇ ਨਾਲ ਜਿਹੜਾ ਨੋਟੀਫਿਕੇਸ਼ਨ ਵੈਬਸਾਈਟ ਤੇ ਪੈ ਗਿਆ ਨਾ ਮੈਂ ਐਸੀ ਕੰਮ ਤੇ ਬੈਠਾਂਗਾ ਇੱਥੇ ਜੇ ਉਹ ਨੋਟੀਫਿਕੇਸ਼ਨ ਵੈਬਸਾਈਟ ਤੇ ਪੈ ਗਿਆ ਮੈਂ ਤੁਹਾਨੂੰ ਨਾਲ ਦੀ ਨਾਲ ਸੂਚਿਤ ਕਰ ਦੂੰਗਾ ਕਿ ਭਈ ਫਲਾਨਾ ਪੇਪਰ ਹੈ ਜਿਹੜਾ ਇੰਨਾ ਵਿਗਿਆਪਨ ਨੰਬਰ ਹੈਗਾ ਉਹ ਪੋਸਟਪੌਨ ਹੋ ਗਿਆ ਜਦੋਂ ਵੀ ਤੁਸੀਂ ਕੋਈ ਪਾਰਟੀ ਭਰਦੇ ਹੋ ਨਾ ਚਾਹੇ ਉਹ ਆ ਨੰਬਰ ਤੁਹਾਨੂੰ ਨਾ ਜ਼ਿਆਦਾ ਹੋਵੇ ਮੂਰਲਾ ਪਰ ਤੁਹਾਨੂੰ ਉਹਦਾ ਆ ਨੰਬਰ ਜਰੂਰ ਹੋਣਾ ਚਾਹੀਦਾ ਹੈਗਾ ਠੀਕ ਹੈ ਆ ਨੰਬਰ ਜਰੂਰ ਚਾਹੀਦਾ ਹੋਣਾ ਚਾਹੀਦਾ ਆ ਨੰਬਰ ਤੁਹਾਡੇ ਜਰੂਰ ਲਿਖਿਆ ਹੋਣਾ ਚਾਹੀਦਾ ਹੈਗਾ ਤੁਹਾਨੂੰ ਮੈਂ ਸਮੇਂ ਸਮੇਂ ਤੇ ਸੂਚਿਤ ਕਰਦਾ ਰਹੂੰਗਾ ਤਾਂ ਕਰਕੇ ਤੁਹਾਨੂੰ ਮੈਂ ਕਹਿ ਰਿਹਾ ਹਾਂ ਰਜੀਏ ਕਿ ਆਪਣਾ ਜਿਹੜਾ ਚੈਨਲ ਹੈਗਾ ਤੁਹਾਨੂੰ ਕੋਈ ਵੀ ਸਰਕਾਰੀ ਨੌਕਰੀ ਆਉਂਦੀ ਹੈ ਕੋਈ ਵੀ ਨਵੀਂ ਅਪਡੇਟ ਆਉਂਦੀ ਹੈ ਸਰਕਾਰੀ ਜੋਬ ਵਾਸਤੇ ਕੋਈ ਵੀ ਜੈਨੂਨ ਭਰਤੀ ਆਉਂਦੀ ਹੈ ਉਹਦੇ ਬਾਰੇ ਤੁਹਾਨੂੰ ਮੈਂ ਸਰਕਾਰੀ ਮੈਂ ਤੁਹਾਨੂੰ ਬਿਲਕੁਲ ਸਹੀ ਅਪਡੇਟ ਦਿਊਂਗਾ ਠੀਕ ਹੈ ਅੱਜ ਤੱਕ ਕੋਈ ਬੱਚਾ ਕਹਿੰਦਾ ਮੈਨੂੰ ਕਮੈਂਟ ਵੀ ਕਰ ਸਕਦਾ ਮੈਂ ਕਿਸੇ ਬੱਚਾ ਦਾ ਕਮੈਂਟ ਨਹੀਂ ਡਿਲੀਟ ਕਰਦਾ ਹੁੰਦਾ ਕਿ ਭਾਈ ਕਿ ਤੁਸੀਂ ਹੁਣ ਤੱਕ ਦੀਆਂ ਫੇਕ ਨਿਊਜ਼ ਦਿੱਤੀਆਂ ਮੈਂ ਹਮੇਸ਼ਾ ਉਹੀ ਅਪਡੇਟ ਦਿੰਦਾ ਚਾਹੇ ਰਾਜ ਜੇ ਮੇਰੇ ਕੋਲ ਅਪਡੇਟ ਨਹੀਂ ਹੁੰਦੀ ਤਾਂ ਮੈਂ ਤਿੰਨ ਦਿਨਾਂ ਦਰ ਵੀਡੀਓ ਵੀ ਨਹੀਂ ਪਾਉਂਦਾ ਹੁੰਦਾ ਠੀਕ ਹੈ ਤੇ ਜੇ ਤੁਹਾਨੂੰ ਜੇਕਰ ਕੋਈ ਤੁਹਾਨੂੰ ਐਕਿਊਰੇਟ ਨਿਊਜ਼ ਚਾਹੀਦੀ ਹੈ ਕਿ ਭਾਈ ਸਾਹਿਬ ਸਾਨੂੰ ਐਕਿਊਰੇਟ ਨਿ ਕਿਸੇ ਵੀ ਭਾਰਤੀ ਪਰ ਕੋਈ ਵੀ ਨਵੀਂ ਭਾਰਤੀ ਆ ਰਹੀ ਹੈ ਕੋਈ ਵੀ ਪ੍ਰੋਪੋਸਟ ਪੋਂਡ ਹੋਇਆ ਉਹ ਸਾਰਾ ਕੁਝ ਤੁਹਾਨੂੰ ਮੈਂ ਪ੍ਰੋਵਾਈਡ ਕਰਵਾਉਂਗਾ ਠੀਕ ਹੈ ਇੱਕ ਤਾਂ ਆਪਣੇ ਟੈਲੀਗ੍ਰਾਮ ਗਰੁੱਪਾ ਜਿਹੜਾ ਉਹ ਆਪਣਾ ਜੁਆਇਨ ਕਰ ਲਓ ਫ੍ਰੀ ਦੇ ਵਿੱਚ ਆ ਉਹ ਉਹਦਾ ਉਹਦਾ ਲਿੰਕ ਤੁਹਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੇ ਦੂੰਗਾ ਦੂਸਰਾ ਤੁਸੀਂ ਕੀ ਕਰਨਾਗਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਣਾ ਕੋਈ ਵੀ ਵੀਡੀਓ ਹੁੰਦੀ ਹੈ ਉਹ ਜਰੂਰ ਦੇਖਿਆ ਕਰੋ ਰਾਜੀ ਠੀਕ ਹੈ ਤਾਂ ਮੈਂ ਦੁਬਾਰੇ ਫੇਰ ਐਂਡ ਤੇ ਹੀ ਗੱਲ ਜਨਾ ਕਹਿਣਾ ਚਾਹਣਾ ਕਿ ਜਿਹੜੀ ਆ ਡੇਟ ਸ਼ੀਟ ਹੈਗੀ ਇਸ ਹਿਸਾਬ ਤੇ ਹੀ ਆਪਣੇ ਪੇਪਰ ਹੋਣੇ ਆਗੇ ਜੇਕਰ ਕੋਈ ਪੇਪਰ ਪੋਸਟਪੌਨਡ ਹੋਊਗਾ ਉਹਦੇ ਬਾਰੇ ਮੈਂ ਤੁਹਾਨੂੰ ਜਰੂਰ ਹੀ ਨੋਟੀਫਿਕੇਸ਼ਨ ਪੇਜੂਗਾ ਉਹਨੂੰ ਸੂਚਿਤ ਕਰ ਦੂੰਗਾ ਪਰ ਤਿਆਰੀ ਤੁਸੀਂ ਇਸ ਨੋਟੀਫਿਕੇਸ਼ਨ ਦੇ ਹਸਾਬ ਤੇ ਕਰਨੀ ਹੈ ਤਿੰਨ ਚਾਰ ਪੇਪਰ ਪੋਸਟਪੌਨਡ ਹੋਏ ਆ ਠੀਕ ਹੈ ਜੀ ਉਹਨਾਂ ਦੀ ਡੇਟ ਅਲੱਗ ਤੋਂ ਆਊਗੀ ਆਪਾਂ ਨੂੰ ਠੀਕ ਹੈ ਬਸ ਇਹੀ ਗੱਲ ਯਾਦ ਰੱਖਿਓ ਬਾਕੀ ਦਾ ਜੇ ਕਿਸੇ ਬਚਨੇ ਪੰਜਾਬ ਦੇ ਪੇਪਰ ਹੈ ਤਿਆਰੀ ਕਰਨੀ ਹੈ ਬਿਲਕੁਲ ਜ਼ੀਰੋ ਲੈਵਲ ਤੋਂ ਕਰਨੀ ਹੈ ਠੀਕ ਹੈ ਜੀ ਪੰਜਾਬੀ ਦੀ ਇੰਗਲਿਸ਼ ਦੇ ਵਿੱਚ ਕਰਨੀ ਹੈ PDF ਵੀਡੀਓ ਸਾਰਾ ਕੁਝ ਤੁਹਾਨੂੰ ਮਿਲੂਗਾ ਤਾਂ ਤੁਸੀਂ ਆਪਣੀ ਐਪ ਡਾਊਨਲੋਡ ਕਰ ਸਕਦੇ ਹੋ ਦੀਪੁਲਰ ਐਜੂਕੇਸ਼ਨ ਦਾ 15 ਤਰੀਕ ਤੱਕ ਇਹਦੇ ਤੇ ਆਫਰ ਚੱਲ ਰਿਹਾ ਹੈਗਾ ਆਈਫੋਨ ਵਾਲੇ ਬੱਚੇ ਨੇ ਕਲਾਸ ਪਲੱਸ ਐਪ ਡਾਊਨਲੋਡ ਕਰਨ ਤੇ ਕੋਡ ਫਿਲ ਕਰਨਾ ਡਬਲ ਐਕਸ ਰੈਮ ਆਹ ਨੰਬਰ ਤੁਸੀਂ ਉਹਨੂੰ ਕਾਲ ਕਰ ਸਕਦੇ ਹੋ ਜੇ ਐਪ ਰੱਤੀ ਤੁਹਾਨੂੰ ਕੋਈ ਵੀ ਪ੍ਰੋਬਲਮ ਹੈ ਸਾਰੇ ਬੈਚ ਆਪਣੇ ਕੋਲ ਚੱਲ ਰਹੇ ਆ ਜਿਹੜੇ ਬੱਚੇ ਨੇ ਗਰੁੱਪ ਟੀ ਦੀ ਤਰੀਕ ਨਹੀਂ ਉਹਦੇ ਬਾਅਦ ਅਲ ਪੰਜਾਬ ਐਗਜ਼ਾਮ ਚੜ੍ਹਦੀ ਕਲਾ ਬੈਚ ਚੱਲ ਰਿਹਾ ਹੈ ਬਾਕੀ ਤਾਂ ਜੀ ਇਹ ਤੁਸੀਂ ਆਪਣਾ ਕੋਈ ਵੀ ਇੱਕ ਬੈਚ ਲੈਂਦਾ ਹੋ ਜਦੋਂ ਪੰਜਾਬ ਦੇ ਸਾਰੇ ਪੇਪਰਾਂ ਦੀ ਤਿਆਰੀ ਕਰ ਸਕਦੇ ਹੋ ਧੰਨਵਾਦ ਮੇ ਦੋਸਤੋ ਜਉਂਦੇ ਬਣਦੇ ਰਹੋ